ट्रैफिक नियमों को लेकर पठानकोट पुलिस ने सख्ती दिखाते हुए अब कार की पिछली सीट में बैठे कार सवार के लिए सीट बेल्ट पहनना जरूरी कर दिया है। इस संबंध में जानकारी देते हुए ट्रैफिक पुलिस अधिकारी प्रदीप कुमार ने बताया कि ट्रैफिक नियम तोड़ने वालों के चालान काटे जा रहे हैं और अब ऑटो रिक्शा चलाने वालों के लिए यूनिफॉर्म पहनना भी जरूरी कर दिया गया है। ਅੱਜ ਮਾਣਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸਿੰਬਲ ਚੌਂਕ ਦੇ ਵਿੱਚ ਅੱਜ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ। ਲੋਕਾਂ ਨੂੰ ਇਹ ਕੀਤਾ ਜਾ ਰਿਹਾ ਕਿ ਜੋ ਅਫਸਰਾਂ ਦੀਆਂ ਗਾਈਡਲਾਈਨਸ ਹਦਾਇਤਾਂ ਆਈਆਂ, ਜਿਹੜੇ ਵੀ ਅੱਗੇ ਜਿਹੜੇ ਫੋਰ ਵੀਲਰ ਚਲਾਉਂਦੇ ਸਮੇਂ ਸੀਟ ਬੈਲਟ ਦਾ ਇਸਤੇਮਾਲ ਕਰੋ, ਉਹਦੇ ਅਗਲੀ ਸਾਈਡ 'ਤੇ ਜਿਹੜਾ ਇਸਤੇਮਾਲ ਤਾਂ ਕਰਦੇ ਹੀ ਕਰਦੇ ਸੀਗਾ, ਉਹਨੂੰ ਇੱਕ ਗਾਈਡਲਾਈਨਸ ਆਈ ਹੈ ਕਿ ਪਿੱਛੇ ਵੀ ਉਹਦਾ ਜਿਹੜਾ ਪਿੱਛੇ ਬੈਠਾ ਕੋਈ ਵੀ ਬੈਠਾ ਉਹਦਾ ਵੀ ਇਸਤੇਮਾਲ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਇਸ ਚੀਜ਼ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ, ਲੋਕ ਜਿਹਨਾਂ ਨੂੰ ਜਿਹੜਾ ਕੋਈ ਦੂਸਰਾ ਟ੍ਰੈਫਿਕ ਦੀ ਉਲੰਘਣਾ ਕਰ ਰਿਹਾ ਉਹਦਾ ਚਲਾਨ ਵੀ ਕੀਤੇ ਜਾ ਰਹੇ ਨੇ। ਦੇਖਣ 'ਚ ਆਇਆ ਜਿੱਦਾਂ ਹੁਣ ਵਨ ਵੇ ਟ੍ਰੈਫਿਕ ਹੈ, ਕਈ ਲੋਕ ਜਿਹੜੇ ਉਹ ਰੂਲ ਨੂੰ ਫੋਲੋ ਨਹੀਂ ਕਰਦੇ ਔਰ ਕ੍ਰੋਸ ਕਰਦੇ ਆ, ਕੀ ਕਹਿਣਾ ਕਰੋ ਉਹਨਾਂ ਨੂੰ? ਲੋਕਾਂ ਨੂੰ ਮੇਰੀ ਅਪੀਲ ਆ ਵੀ ਜਿੱਥੇ ਨੋ ਐਂਟਰੀ ਜ਼ੋਨ ਹੈ ਉਹਦੇ ਵਿੱਚ ਆਪਣੇ ਆਪ ਨੂੰ ਆਪਾਂ ਇਸ ਚੀਜ਼ ਵਿੱਚ ਡਿਸਾਈਡ ਕਰਾਂਗੇ ਅਤੇ ਅਸੀਂ ਟ੍ਰੈਫਿਕ ਦਾ ਰੂਲਾਂ ਦੀ ਪਾਲਣਾ ਕਰਾਂਗੇ ਅਤੇ ਅਸੀਂ ਇਸ ਵਿੱਚ ਅਵੇਅਰ ਹੋਵਾਂਗੇ, ਅਤੇ ਤਾਂ ਹੀ ਇਸ ਚੀਜ਼ ਤੋਂ ਆਪਾਂ ਲੋਕਾਂ ਨੂੰ ਇਹ ਵੀ ਸਹੀ ਢੰਗ ਦੇ ਨਾਲ ਜਿਹੜੀ ਹੈ ਉਹ ਟ੍ਰੈਫਿਕ ਚੱਲ ਸਕੇਗੀ। ਸਾਨੂੰ ਮੈਂ ਅਪੀਲ ਕਰਾਂਗਾ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਵੀ ਸਾਨੂੰ ਇਸ ਚੀਜ਼ ਦਾ ਟ੍ਰੈਫਿਕ ਨੂੰ ਸਹਿਯੋਗ ਦਿਓ ਅਤੇ ਟ੍ਰੈਫਿਕ ਦੇ ਨਾਲ ਤੁਹਾਡੀ ਟ੍ਰੈਫਿਕ ਤੁਹਾਡੀ ਹੈਲਪ ਵਾਸਤੇ ਵਚਨਬੱਧ ਹੈ ਵੀ ਤੁਹਾਡੀ ਸਹਿਯੋਗ ਵਾਸਤੇ ਤੁਹਾਨੂੰ ਸਾਡੀ ਸਹਿਯੋਗ ਦੀ ਬਹੁਤ ਜ਼ਰੂਰ ਲੋੜ ਹੈ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ 'ਚ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।